ਅਤੇ ਇਸ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ, ਭਾਵੇਂ ਲੰਗਰ ਦੀ ਸੇਵਾ ਹੋਵੇ, ਕਿਸੇ ਤਰ੍ਹਾਂ ਦੀ ਸੇਵਾ ਹੋਵੇ, ਉਹਦੇ 'ਚ ਲੈਂਦੇ ਹਨ। ਪਰਿਵਾਰ ਦਾ ਬਹੁਤ ਹੀ ਧੰਨਵਾਦ। ਆਓ ਜੀ, ਸਰਦਾਰ ਨਰਿੰਦਰ ਸਿੰਘ ਜੀ, ਟੋਹਣੀ ਸਾਹਿਬ ਦੇ, ਟੋਹਣੀ ਜੀ ਦੇ ਪਿਤਾ, ਬੋਲੇ ਸੋਹਣਿਆਲ। ਦੂਸਰਾ ਪਰਿਵਾਰ ਸਰਦਾਰ ਦਰਸ਼ਨ ਸਿੰਘ ਚਾਹਨਾ ਅਤੇ ਬੀਬੀ ਜਗਦੀਪ ਕੌਰ ਚਾਹਨਾ, ਉਹਨਾਂ ਨੂੰ ਵੀ ਬੇਨਤੀ ਹੈ ਉਹ ਗੁਰੂ ਦੀ ਹਜ਼ੂਰੀ 'ਚ ਆ ਜਾਣ। ਸਰਦਾਰ ਦਰਸ਼ਨ ਸਿੰਘ ਚਾਹਨਾ, ਬੋਲੇ ਸੋਹਣਿਆਲ। ਬੀਬੀ ਜਗਦੀਪ ਕੌਰ ਚਾਹਨਾ, ਸੁਪ੍ਰੀਤ ਕੌਰ, ਬੀਬੀ ਸੁਪ੍ਰੀਤ ਕੌਰ ਚਾਹਨਾ, ਉਹਨਾਂ ਨੂੰ ਬੇਨਤੀ ਹੈ ਗੁਰੂ ਦੀ ਹਜ਼ੂਰੀ 'ਚ ਆ ਜਾਣ, ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਉਸ ਨੂੰ ਪਾਓ। ਬੋਲੇ ਸੋਹਣਿਆਲ। ਸੋ ਸਤਿਗੁਰੂ ਜੀ ਅਜੂਰੀ, ਗੁਰੂ ਪਿਆਰੇ ਸਾਧ ਸੰਗਤ ਜੀਓ, ਕਿਉਂਕਿ ਅੱਜ ਦਾ ਵਿਸਾਖੀ ਦਾ ਤਿਉਹਾਰ ਹੈ, ਭਰਪੂਰ ਸੰਗਤ ਬਾਹਰ ਹੀ ਬੈਠੀ ਹੋਈ ਹੈ, ਥੋੜ੍ਹਾ ਜਿਹਾ ਲੇਟ ਹੋ ਗਏ ਅਸੀਂ, ਪਰ ਪੰਥ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਪ੍ਰਤਾਪ ਬ੍ਰਦਰ ਉਹ ਸਟੇਜ 'ਤੇ ਸੱਜ ਗਏ ਹਨ। ਮੈਂ ਜ਼ਿਆਦਾ ਟਾਈਮ ਨਾ ਲਵਾਂ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਕੀਰਤਨ ਹੈ ਸ਼ੁਰੂ ਕਰ ਦੇਣ। ਥੱਲੇ ਲੰਗਰ ਹਾਲ ਵਿੱਚ ਚਾਹ ਪਾਣੀ ਦਾ ਲੰਗਰ ਤਿਆਰ ਹੈ, ਜਿਨ੍ਹਾਂ ਨੇ ਨਹੀਂ ਛਕਿਆ ਛੱਕ ਕੇ ਉੱਪਰ ਦੀਵਾਨ ਹਾਲ ਵਿੱਚ ਪਹੁੰਚ ਸਕਦੇ ਹਨ। ਇਹਨਾਂ ਨੇ ਤਕਰੀਬਨ 12 ਵਜੇ ਤੱਕ ਕੀਰਤਨ ਕਰਨਾ ਹੈ, ਬਾਅਦ ਵਿੱਚ ਦੁਬਾਰਾ ਵੀ ਇਹਨਾਂ ਦਾ ਟਾਈਮ ਹੈ, ਪਰ ਅਖੀਰ 'ਤੇ ਇਹਨਾਂ 5 ਮਿੰਟ ਬੱਚਿਆਂ ਨੂੰ ਵੀ ਦੇਣੇ ਹਨ, ਜੋ ਸਕੂਲ ਦੇ ਬੱਚੇ ਉਹਨਾਂ ਨੇ ਵੀ ਸ਼ਬਦ ਤਿਆਰ ਕੀਤਾ ਹੈ। ਸੋ 12 ਵਜੇ ਤੱਕ ਭਾਈ ਸਾਹਿਬ ਆਪ ਜੀ ਨੂੰ ਕੀਰਤਨ ਕਰਨਗੇ, ਨਾਲ ਬੱਚੇ ਵੀ ਸ਼ਬਦ ਕਰਨਗੇ। ਉਸ ਤੋਂ ਉਪਰੰਤ ਸਾਡੇ ਪਾਸ ਜੋ ਪੰਥ ਦੇ ਮਹਾਨ ਕੀਰਤੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਪਹੁੰਚ ਰਹੇ ਨੇ, ਹੁਣੇ ਫੋਨ ਆਇਆ ਸੀ ਉਹਨਾਂ ਦਾ ਕਿ ਅਸੀਂ ਟਾਈਮ 'ਤੇ ਆ ਰਹੇ ਹਾਂ। ਸੋ ਉਹਨਾਂ ਨੇ 12 ਵਜੇ ਤੋਂ ਲੈ ਕੇ 12:50 ਤੱਕ ਕੀਰਤਨ ਕਰਨਾ ਹੈ। ਅੱਜ ਦਾ ਦੀਵਾਨ ਸਵੇਰ ਦਾ 3 ਵਜੇ ਤੱਕ ਹੋਵੇਗਾ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਇਸੇ ਤਰ੍ਹਾਂ ਗੁਰੂ ਘਰ ਵਿੱਚ ਸੱਜ ਕੇ ਖਾਲਸਾ ਸਾਜਣਾ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਈਏ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਰਚਨਾ ਪਵਿੱਤਰ ਕਰੋ ਬੜੇ ਪਿਆਰ ਨਾਲ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਸਤਸੰਗ ਜੀਓ, ਆਪਣੀ ਸਾਰੇ ਹਾਜ਼ਰੀ ਲਵਾਓ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਸਾਰੇ ਆਖੋ ਵਾਹੋ ਵਾਹੋ ਗੋਬਿੰਦ ਸਿੰਘ, ਪੜੋ ਸਾਰੇ ਵਾਹੋ ਵਾਹ ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲਾ ਗੋਬਿੰਦ ਸਿੰਘ ਜੀ, 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 ਬਾਜਾਂ 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 ਵਾਲਾ ਫੌਜਾਂ ਵਾਲਾ ਗੋਬਿੰਦ ਸਿੰਘ ਜੀ, ਫੌਜਾਂ ਵਾਲਾ ਗੋਬਿੰਦ ਸਿੰਘ ਜੀ, ਫੌਜਾਂ ਵਾਲਾ ਗੋਬਿੰਦ ਸਿੰਘ ਜੀ, ਫੌਜਾਂ ਵਾਲਾ ਵਾਹ ਵਾਹੋ ਗੋਬਿੰਦ ਸਿੰਘ ਜੀ, ਵਾਹ ਵਾਹੋ ਗੋਬਿੰਦ ਸਿੰਘ ਜੀ, ਵਾਹ ਵਾਹੋ ਗੋਬਿੰਦ ਸਿੰਘ ਜੀ, ਵਾਹੋ 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 ਵਾਹੋ ਗੋਬਿੰਦ। Mm-hmm.
सच्चे तख्त रचाया सत संगत मेला नानक निरपौ निरंकार विच सिद्धा खेला गुरु सिमर मनाए काल का खंडे की बेला पीओ पौल खंड तार होवे जन्म गुरु संगत की निखालता मन मुखी दोहेला वाह वाह गोविंद सिंह आपे आपे करता करीम सो रज करीम दूसरों न पेद कोई भूल परम मान बो करता करीम सो रज करीम दूसरो न पेद कोई फूल पर मान बो मानस की जात सबे एक पहचान बो मानस की जात सबे एक पहचान बो शासन जियो वसाखी का मतलब है वसोवा खुशी खेड़ा भाई गुरदास जी की अपनी वार विच कहते हैं कि यह खुशी सिर्फ विसाखी सिख की जिंदगी विच एक वारी नहीं होनी चाहिए हर एक दिन होनी चाहिए खेड़ा खुशी खुशी जिंदगी विच सब कुछ है और इस खुशी विच मानस की जात सबे एक पहचान बो बंदा दूजे नूं वेख के सड़ सड़ के कोला हो जांदा ਇਹ ਮਨ ਜਲਿਆ ਦੂਜੇ ਦੋਏ ਬੰਦੇ ਨੂੰ ਆਪਣਾ ਕੋਈ ਦੁੱਖ ਨਹੀਂ ਜੇ ਕਿਸੇ ਨੂੰ ਦੁੱਖ ਇਹ ਵੇਖੀਏ ਨਾਲ ਦਾ ਕਿਉਂ ਸੁਖੀ ਤੋਂ ਸਤਸੰਗਤ ਜੀ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਨੂੰ ਸਭ ਨੂੰ ਇੱਕੋ ਦਰਜਾ ਦਿੱਤਾ ਤੁਸੀਂ ਸਭ ਇੱਕ ਹੋ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਵੋ ਤੋਂ ਬੜੇ ਪਿਆਰ ਨਾਲ ਖੁਸ਼ੀ ਨਾਲ ਆਪਣੇ ਮਨ ਨੂੰ ਆਓ ਸਾਰੇ ਪੜੀਏ ਕਰਤਾ ਕਦੀਮ ਸੋਈ ਰਜ ਕਰੀਮ ਹੋਈ ਦੂਸਰੋ ਨਾ ਭੇਦ ਕੋਈ ਪੁੱਲ ਪਰਮ ਮਾਨ ਦੂਸਰੋ ਨਾ ਭੇਦ ਕੋਈ ਪੁੱਲ ਪਰਮ ਮਾਨ ਹੋ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਮਾਨਸ ਕੀ ਜਾਤ ਸਭੇ एक एक जान वो करता करीम सोई रज करीम होई दूसरो न भेद कोई फूल पर मान वो हिंदू तुर्क को
मानस की जात सबे, मानस की जात सबे, मानस की जात सबे एक पहचान हो। करता करीम सोई रज करीम होए, दूसरों न पेट कोई फूल पर मान हो, दूसरों न पेट कोई फूल पर मान हो। को पे हो कूपे मुंडिया सन्यासी को जोगी पयो, जोगी भयो हमरी जात पात गुरु सतगुरु
ਵਿਸਾਖੀ ਦਾ ਜੋ ਅਸਲੀ ਮਤਲਬ ਹੈ ਇਹ ਸ਼ਬਦ ਸੂਈ ਮਹੱਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੈ। ਇਹ ਸ਼ਬਦ ਸਰਵਣ ਕਰ ਲਓ। ਇਹ ਪਾਏਪੁਰ ਨੇ ਗੁਰੂ ਰਾਮਦਾਸ ਮਹਾਰਾਜ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਪੂਰੇ ਕੀਤੇ। ਸ਼ਬਦ ਕੀ ਹੈ? ਮਨ ਰਾਮ ਨਾਮ ਆਰਾਧਿਆ ਗੁਰੂ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੁੱਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰੂ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਸਤਸੰਗਤ ਉਤਮ ਸਤਿਗੁਰੂ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮੇਲੋ ਹਰ ਸੰਗਤ ਹਮ ਤੋਵੇ ਪਗ ਜਨ ਕੇ ਰਾਮ ਨਾਮਾ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਅਖੀਰਲੇ ਥੁੱਕ ਵਿੱਚ ਪਾਤਸ਼ਾਹ ਗੁਰੂ ਰਾਮਦਾਸ ਹਮਰੀ ਜਾਤ ਪਾਤ ਗੁਰੂ ਸਤਿਗੁਰੂ ਹਮਰੀ ਦੈਟ ਮਾਈ ਸੋਸ਼ਲ ਸਟੇਟਸ ਮਾਈ ਆਨਰ ਇਜ਼ ਮਾਈ ਗੁਰੂ ਮੇਰੀ ਜਾਤ ਕੀ ਹੈ ਮੇਰੀ ਪਤ ਕੀ ਹੈ ਮਾਈ ਸੋਸ਼ਲ ਸਟੇਟਸ ਐਂਡ ਮਾਈ ਆਨਰ ਇਜ਼ ਮਾਈ ਗੁਰੂ ਹਮਰੀ ਜਾਤ ਪਾਤ ਹੈ ਸਤਿਗੁਰੂ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰੂ ਚੇਲਾ ਹਰ ਰਾਖੋ ਲਾਜ ਜਨ ਕੇ ਹਮਰੀ ਜਾਤ ਪਾਤ ਗੁਰੂ ਸਤਿਗੁਰੂ ਹਮ ਵੇਚਿਓ ਸਿਰ ਗੁਰ ਕੇ ਨਾਨਕ ਨਾਮ ਪਰਿਓ ਗੁਰੂ ਚੇਲਾ ਆਈ ਐਮ ਦ ਡਿਸਾਈਪਲ ਆਫ ਮਾਈ ਗੁਰੂ ਐਂਡ ਗੁਰੂ ਵਿਲ ਕੀਪ ਮਾਈ ਆਨਰ ਇਹ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਹਨ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸਭ ਨੂੰ ਪਤਾ ਹੈ ਮੈਂ ਕੀ ਕਵਾਂ ਵਿਸਾਖੀ ਗੁਰੂ ਪਾਤਸ਼ਾਹ ਨੇ ਗਿੱਦੜਾ ਤੋਂ ਸ਼ੇਰ ਬਣਾ ਦਿੱਤਾ ਹਿੰਦੁਸਤਾਨ ਐਜ਼ ਯੂ ਨੋ ਹੀ ਫਿਨਿਸ਼ਡ ਦ ਜਾਤ ਯੂ ਨੋ ਦ ਕਾਸਟ ਐਂਡ ਆਲ ਦੋਜ਼ ਸਿਸਟਮਸ ਨਾਓ ਦਿਸ ਚਿਲਡਰਨ ਆਰ ਸਿਟਿੰਗ ਇਨ ਫਰੰਟ ਆਫ ਮੀ ਵਟ ਸ਼ੁਡ ਆਈ ਸੇ ਇਨ ਇੰਡੀਆ ਦੈਟ ਹੈਪਨਸ Sometimes I totally don't say it because they are not aware of Hindustan and I never try to open it. But ab sab bacche sare baithe hue hain Hindustan vich jo hai aj bhi sare Guru Gobind Singh Patshah ne apna he sacrificed his family everything from his life you know there was nothing left for him he sacrificed for that for all of us guru patshah ne sab kuch apna qurban kar ditta sade layi par si jithe guru sahib hindustan jithe si aj us ton vi badtar ho gaya hai it's getting worse you know the things happening nobody is accepting each other is not tolerating each other par guru patshah tan guru ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਹਮਰੀ ਜਾਤ ਪਾਤ ਗੁਰੂ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰੂ ਰਾਖੋ ਲਾਜ ਜਨ ਕੇ ਕਦ ਤੱਕ ਦੀਮ ਸੋਈ ਰਾਜ ਕਦ ਦੀਮ ਹੋਈ ਦੂਸਰੋ ਨਾ ਭੇਜ ਕੋਈ ਫੁੱਲ ਕਰਮ ਮਾਨ ਇੱਕ ਹੀ ਕਿਸੇ ਸਭ ਹੀ ਕੋ ਗੁਰਦੇਵ ਮੇਕ ਇੱਕ ਹੀ ਕਿਸੇ ਸਭ ਹੀ ਕੋ ਗੁਰਦੇਵ ਮੇਕ ਇੱਕ ਹੀ ਸਰੂਪ ਸਤੇ ਇੱਕ ਹੀ ਸਰੂਪ ਸਤੇ ਇੱਕ ਜੋਤ ਜਾਣੋ ਕਦ ਤੱਕ ਦੀਪ ਸੋਏ ਰਜ ਕਰ ਨਹੀਂ ਹੋਈ ਦੂਸਰੋ ਨਾ ਭੇਜ ਕੋਈ ਫੁੱਲ ਪਰਨ ਮਾਨ ਮੋਰੇ
कलंदर बेशवक रंग है मुख्तलिफ दर्द बुते आयारुमा सूफी जाहिद मस्त कलंदर ते रंग उसी दे सारे वसे हर विच आप प्यारा पेश वटा के न्यार। इते गुरु पातशाह ने मैनू याद आ रहा सी गुरु पातशाह जी का जो ख्याल है असी है ख्याल गाने वाले पर आओ दो तुखे ये भी पढ़ लिए आप भी सारे कहो। गुरु पातशाह कह रहे हैं हे वाहेगुरु तेरे तो बिना मेरे मित्र तो बिना मेरा की हाल है आप भी सुन लो। हाल मुरीदा दा कहना मित्र प्यारे नू हाल मुरीदा दा कहना मित्र प्यारे नू हाल मुरीदा दा कहना मित्र प्यारे नू हाल मुरीदा दा कहना मित्र Without you, if I enjoy my life, that is like a disease. That if you are not in my heart, and I am enjoying everything, all the pleasures. Tud bin rog rajaiyan di odan. Paatshah is tukh vich keh rahe han. Gun nidhan gun tin hi gaaye jaan ko. Padho sare jaan ko. Kirpa tahi. Jide te guru bohta. Dayal ho jai, if Guru is gracious and merciful on us, then we sing his praise. Gun nidhan gun tin hi gaaye. Gun nidhan gun tin hi gaaye. Jaako kirpa tari, so sukhiya. So sukhiya. सो सुखिया आप भी सुन लो सुखी किन्नू कहंदे शायद दुनिया सोचती है दौलतां ते कारां ते घरां नाल पता नहीं मैनू दुनिया मन जाएगी पता नहीं की बन गया अपने आस पास वालिया नू वेख के जीना या गुरु नू सुन के जीना या गुरु पातशाह कह रहे हन सो सुखिया तन उस जन्मा जा को ओठ तुहारी सो सुखी है तो बड़े प्यार ना जो बादशाह कह रहे हैं आप भी कह लो हाल मुरीदा दा कहना
ਅਖੀਰਲੀ ਤੁਕ ਵਿੱਚ ਪਾਤਸ਼ਾਹ ਕਹਿ ਰਹੇ ਹਨ, ਹਾਂਜੀ ਮਹਾਰਾਜ, ਹਾਂਜੀ ਮੈਂ ਅੱਜ ਤੁਹਾਡੀ ਥੋੜੀ ਆਪਣੀ ਵੀ ਕਰਨੀ ਹੈ ਮਹਾਰਾਜ। ਮੈਂ ਬਹੁਤ ਦਿਨਾਂ ਤੋਂ ਆਪਦੀ ਸੁਣ ਰਿਹਾ, ਪਰ ਅੱਜ ਮੈਨੂੰ ਥੋੜੀ ਮੈਨੂੰ ਆਪਣੀ ਕਰ ਲੈਂਦੇ। ਪਟ ਔਰ ਸਤਸੰਗਤ ਜੀ ਹੋ, ਸੈਕਟਰੀ ਸਾਹਿਬ ਮੈਨੂੰ ਗੁਲਾਟੀ ਸਾਹਿਬ ਨੇ ਕਿਹਾ, ਮੈਂ ਕਿਹਾ ਮੈਂ ਸੈਕਟਰ 5 ਮਿੰਟ ਮੈਂ ਜ਼ਰੂਰ ਲੈਣੇ ਨੇ ਅੱਜ। ਤੋ ਬੜਿਆ ਮੈਂ ਇੱਕ ਵਾਰੀ ਕਿੰਨੀਆਂ ਕੀਰਤਨ ਪਿਆ ਕਰਾਂ ਅਤੇ ਸਾਨੂੰ ਉਹਨਾਂ ਨੇ 20 ਮਿੰਟ ਦਿੱਤੇ, 5 ਕੁ ਮਿੰਟ ਮੈਨੂੰ ਵਾਇਲੈਂਸ ਸੁਣ ਕਰਦੇ ਲੱਗ ਪਏ, 2-3 ਉਹਨੇ ਥੋੜ੍ਹੀਆਂ ਮਾਰੀਆਂ, ਕਦੀ ਇਹ ਕਹਿਣਾ ਪੜ ਲੈ। ਮੈਂ ਕਿਹਾ ਜੀ 10 ਮਿੰਟ ਖਤਮ ਹੋ ਗਏ, ਸਾਡੇ ਕੋਲ ਤਾਂ ਸਾਜ਼ ਹੀ ਇੰਨੇ ਨੇ, ਸਾਧ ਸੰਗਤ ਜੀ ਔਰ ਰਾਗੀ ਆਦਮੀ ਵਾਜਾ ਹੁੰਦਾ, ਤਬਲਾ ਹੁੰਦਾ, ਅਸੀਂ ਕਦੀ ਇਹ ਸੁਰ ਕਰ, ਸੁਰ ਮੰਡਲ ਸੁਰ ਕਰ। ਇਹ ਗੱਲਾਂ ਸਾਡੀ ਕੌਮ ਦੇ ਵਿੱਚ ਸੁਰ ਪਰਮੇਸ਼ਰ ਹੈ, ਪਰ ਮੈਂ ਬਹੁਤੀ ਗੱਲ ਨਾ ਕਰਾਂ। ਅੱਜ ਕੱਲ੍ਹ ਸਿੱਖਣਾ ਸਿਖਾਉਣਾ ਘੱਟ ਹੈ, ਡਰਾਮਾ ਜ਼ਿਆਦਾ, ਪਰ ਗੁਰੂ ਕਿਰਪਾ ਕਰੇ ਸਾਡੀ ਜ਼ਿੰਦਗੀ ਵਿੱਚ ਸਿਖਾਵੀ ਹੋਵੇ। ਮਤਾ ਤਾਂ ਹੈ ਨਾ, ਕੋਈ ਗੱਲ ਆਵੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਨਾਲ ਗੱਲ ਕਰੇ ਕਿ ਮੈਂ ਫਲਾਣਾ ਰਾਗ ਗਾਣ ਲੱਗਾ, ਮੈਂ ਸੂਈ ਗਾਣ ਲੱਗਾ, ਮੈਂ ਕਿਸੇ ਸ਼ਬਦ ਗਾਣ ਲੱਗਾ, ਫਿਰ ਸਵਾਦ ਹੈ। ਪਾਤਸ਼ਾਹ ਕਹਿ ਰਹੇ ਹਨ, ਆਓ ਲਾਸਟ ਮੈਂ ਤੁਕਾ ਪੜ ਲਵਾਂ, ਮੈਂ ਬਹੁਤਾ ਵਕਤ ਰੱਖਵਾਂ। ਨਸ ਜੋ ਮਨ ਸੂਰ ਗੁਰੂ ਗੋਬਿੰਦ ਸਿੰਘ, ਨਸ ਜੋ ਮਨ ਸੂਰ ਗੁਰੂ ਗੋਬਿੰਦ ਸਿੰਘ, ਨਸ ਜੋ ਮਨ ਸੂਰ ਗੁਰੂ ਗੋਬਿੰਦ। ਆਖੋ ਸਾਰੇ ਮੈਨੂੰ ਸੈਕਟਰੀ ਸਾਹਿਬ ਨੇ ਵੇਖੋ ਕਿੰਨਾ ਡਾਂਟੇ, ਪੜੋ ਸਾਰੇ, ਮੈਂ ਤੁਹਾਡੇ ਲਈ ਕਹਿ ਰਿਹਾ, ਆਖੋ ਨਸ ਜੋ ਮਨ ਸੂਰ ਗੁਰੂ ਗੋਬਿੰਦ ਸਿੰਘ, ਨਸ ਜੋ ਮਨ ਸੂਰ ਗੁਰੂ ਗੋਬਿੰਦ ਸਿੰਘ, ਸਾਰੰਗ ਜਿਹੜਾ ਪੁਰਸ਼ ਰਾਗ ਹੈ, ਗਾ ਕੇ ਜੋਸ਼ ਆਉਂਦਾ ਹੈ। ਗੁਰੂ ਗੋਬਿੰਦ ਸਿੰਘ,
ਖਾਲਸੋ ਬੇਕੀ ਨ ਗੁਰੂ ਗੋਬਿੰਦ ਸਿੰਘ ਮਹਿਬੂਬ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਤਾਲੂਬੋ ਮਤਲੂਬ ਗੁਰੂ ਗੋਬਿੰਦ ਸਿੰਘ ਤਾਲੂਬੋ ਮਤਲੂਬ ਗੋਬਿੰਦ ਸਿੰਘ ਤੇਗ ਰਾਫਤ ਗੁਰੂ ਗੋਬਿੰਦ ਸਿੰਘ ਤੇਗ ਰਾਫਤ ਗੁਰੂ ਗੋਬਿੰਦ ਸਿੰਘ ਖਸਮ ਦਾ ਜਾਗਾ ਕੰਤਰੀ ਜੀ ਸਾਗਾਨ ਗੁਰੂ ਗੋਬਿੰਦ ਸਿੰਘ ਕੰਤਰੀ ਜੀ ਸਾਗਾਨ ਗੁਰੂ ਗੋਬਿੰਦ ਸਿੰਘ ਰੇ ਦਚੀਨ ਖਾਨ ਗੁਰੂ ਗੋਬਿੰਦ ਸਿੰਘ ਰੇ ਦਚੀਨ ਖਾਨ ਗੁਰੂ ਗੋਬਿੰਦ ਸਿੰਘ ਬਾਦੂ ਜਾਨਿਸ਼ ਪਿਜ਼ਾ ਜਾਨਿਸ਼ ਪਿੰਦਾ ਹੈ ਗੁਰੂ ਗੋਬਿੰਦ ਸਿੰਘ ਫਰਕੂਓ ਬਰ ਪਾਏ ਗੁਰੂ ਗੋਬਿੰਦ ਸਿੰਘ ਫਰਕੂਓ ਬਰ ਪਾਏ ਗੁਰੂ ਗੋਬਿੰਦ ਸਿੰਘ ਅਜ ਨਾ ਮਨ ਜੋੜ ਗੁਰੂ ਗੋਬਿੰਦ ਸਿੰਘ ਬੇਨਤੀ ਕਰਦਿਆਂ ਕਰਦਿਆਂ ਅਗਲੇ 10 ਮਿੰਟ ਲੈ ਜਾਣ ਤੋ ਮੇਰੇ ਕੋਈ ਬੇਨਤੀ ਹੈ ਸਰਕਾਰ ਹਾਂ ਮੈਂ ਭਾਈ ਸਾਹਿਬ ਦੀ ਗੱਲ ਮੈਂ ਜ਼ਰੂਰ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕੀਰਤਨ ਬੜਾ ਅੱਛਾ ਕਰਦੇ ਹੋ ਪਰ ਮੈਨੂੰ ਉਦੋਂ ਬੜੇ ਚੰਗੇ ਲੱਗਦੇ ਹੋ ਮੇਰੇ ਕਦੋਂ ਲੰਡਨ ਕਹਿਣ ਲੱਗੇ ਕਿ ਜਦੋਂ ਤੁਸੀਂ ਪੜ੍ਹਦੇ ਆਨੰਦ ਪਿਆ ਮੇਰੀ ਮਾਂ ਹੈ ਮੈਂ ਕਿਹਾ ਕਿਉਂ ਕਹਿੰਦੇ ਫਿਰ ਲੰਗਰ ਦਾ ਟਾਈਮ ਹੋ ਜਾਂਦਾ ਬੋਲਿਆ ਚੁੱਕਾ ਦੇਖੀ ਮਾਂ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨੇ।